ਉਸ ਨੂੰ ਲੋਕ ਬੜੇ ਕਲਪਨਾਸ਼ੀਲ ਹਨ ਜਿਸ ਨੂੰ ਉਹ ਸੋਚ ਲੈਂਦੇ ਹਨ ਕਿ ਹੋਏਗੀ ਉਹਦੀ ਕਲਪਨਾ ਕਰਨ ਲੱਗਦੇ ਹਨ ਤੇ ਜਦ ਕਲਪਨਾ ਚਾਲੂ ਹੋ ਜਾਂਦੀ ਹੈ ਤਾਂ ਸੁਪਨੇ ਸ਼ੁਰੂ ਹੋ ਜਾਂਦੇ ਹੈ ਕਿਸੇ ਦੀ ਕੁੰਡਲਨੀ ਜਗਣ ਲੱਗਦੀ ਹੈ ਕਿਸੇ ਨੂੰ ਪ੍ਰਕਾਸ਼ ਵਿਖਾਈ ਦੇਣ ਲੱਗੇਗਾ ਕਿਸੇ ਨੂੰ ਰੰਗ ਬਰੰਗੇ ਨਜ਼ਾਰੇ ਵਿਖਾਈ ਦੇਣ ਲੱਗਣਗੇ ਤੇ ਜਦ ਹੀ ਘਟਨਾਵਾਂ ਘਟਣਗੀਆਂ ਤਾਂ ਜਿਹੜਾ ਆਦਮੀ ਵਿਚਾਰ ਗੁਰੂ ਬਣ ਕੇ ਬਹਿ ਗਿਆ ਉਹਦਾ ਵਿਸ਼ਵਾਸ ਫੁਰਵਧਨ ਲੱਗੇਗਾ ਇਸੇ ਲਈ ਤਾਂ ਇੰਨੇ ਗੁਰੂ ਹਨ ਮੈਂ ਅਜਿਹੇ ਲੋਕਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੂੰ ਧਿਆਨ ਦਾ ਕੁਝ ਵੀ ਪਤਾ ਨਹੀਂ ਹੈ ਜਿਨ੍ਹਾਂ ਨੇ ਕਦੇ ਉਹਦਾ ਸਵਾਦ ਵੀ ਨਹੀਂ ਲਿਆ ਪਰ ਉਹਨਾਂ ਦੇ ਸੈਂਕੜੇ ਚੇਲੇ ਹਨ ਤੇ ਜਦੋਂ ਗੁਰੂ ਮੈਨੂੰ ਇਕਾਂਤ ਵਿੱਚ ਮਿਲਦੇ ਹਨ ਤਾਂ ਵੀ ਇਹ ਪੁੱਛਦੇ ਹਨ ਕਿ ਧਿਆਨ ਕਿਵੇਂ ਕਰੀਏ ਧਿਆਨ ਕੀ ਹੈ ਧੰਨਵਾਦ